ਸਟੇਸ਼ਨ ਦੇ ਬਾਹਰ ਜਿਹੜੀ ਸੜਕ ਬਣੀ ਹੈ ਕੁਝ ਦਿਨਾਂ ਹੀ ਟੁੱਟ ਗਈ, ਤੁਹਾਡੇ ਕੀ ਵਿਚਾਰ ਨੇ? ਪਹਿਲੇ ਹੀ ਬੜੀ ਜਲਦਬਾਜ਼ੀ ਵਿੱਚ ਬਣਾਈ ਗਈ, ਹਰ ਵਾਰੀ ਜਲਦੀ ਬਣਾਈ ਜਾਂਦੀ ਹੈ ਉਨੀ ਜਲਦੀ ਟੁੱਟ ਜਾਂਦੀ ਹੈ। ਜਦੋਂ ਤੱਕ ਉਧਮ ਸਿੰਘ ਚੌਂਕ ਤੋਂ ਲੈ ਕੇ ਰੇਲਵੇ ਤੱਕ ਲੈਵਲ ਹੀ ਨਹੀਂ ਕੱਢਿਆ ਜਾਏਗਾ, ਰੋਡ ਬਣਾਉਣਾ ਕੋਈ ਫਾਇਦਾ ਨਹੀਂ ਹੈ। ਹਮੇਸ਼ਾ ਉੱਪਰਲੇ ਅਫਸਰ ਨੂੰ ਖੁਸ਼ ਕਰਨ ਵਾਸਤੇ ਬਣਾ ਕੇ ਜਲਦੀ ਜਲਦੀ ਪਬਲਿਕ ਨੂੰ ਖਰਾਬ ਕੀਤਾ ਜਾਂਦਾ ਹੈ, ਜਿੰਨਾ ਕੋਈ ਵਜੂਦ ਨਹੀਂ ਹੈ। ਇਹਨੂੰ ਪਹਿਲਾਂ ਹੀ ਲੈਵਲ ਕਰਕੇ ਬਣਾਇਆ ਜਾਵੇ ਅਤੇ ਜਲਦੀ ਟੁੱਟੇ ਹੀ ਨਾ। ਸਾਡੀ ਤਾਂ ਇਹੀ ਡਿਮਾਂਡ ਹੈ ਵੀ ਪਹਿਲੇ ਲੈਵਲ ਕਰਕੇ ਵਧੀਆ ਰੋਡ ਬਣਾਈ ਜਾਈਏ। ਬਹੁਤ ਜਲਦੀ ਜਿਹੜੀ ਟੁੱਟੀ ਹੈ, ਕੀ ਮਟੀਰੀਅਲ ਉਹਦੇ 'ਚ ਘੱਟ ਪਾਇਆ ਗਿਆ ਜਾਂ ਕੀ ਕਾਰਨ ਕੀ ਸੀ? ਇਹ ਤੁਹਾਨੂੰ ਮਟੀਰੀਅਲ ਘੱਟ ਦਾ ਹੀ ਨਿਸ਼ਾਨੀ ਹੈ ਜੀ। ਨਹੀਂ ਤਾਂ ਇੰਨੀ ਰੋਡ 'ਚ ਇੰਨੀ ਕੋਈ ਲਿਮਿਟ ਹੁੰਦੀ ਹੈ, ਇੱਕ ਟਾਈਮ ਹੁੰਦਾ ਹੈ, 2 ਸਾਲ ਹੀ ਟੁੱਟੇਗੀ, 3 ਸਾਲ ਟੁੱਟੇਗੀ। ਠੇਕੇਦਾਰ ਇਹਨੂੰ ਪਤਾ ਹੁੰਦਾ ਸਭ ਸਿਸਟਮ ਦਾ ਜੀ। ਹਫ਼ਤੇ ਦੇ ਵਿੱਚ ਸੜਕ ਟੁੱਟਣਾ ਬਹੁਤ ਵੱਡੀ ਗੱਲ ਹੈ। ਜਲਦਬਾਜ਼ੀ ਬਗੈਰ ਟੈਕਨੀਕਲ ਤੋਂ ਸੜਕ ਬਣਾਈ ਗਈ, ਉਹਦਾ ਰਿਜ਼ਲਟ ਇਹ ਹੀ ਨਿਕਲਣਾ ਸੀ। ਜੇ ਪ੍ਰੋਪਰ ਵੇ ਨਾਲ ਬਣਾਈ ਜਾਂਦੀ, ਚਾਹੇ ਹੋਰ 4 ਦਿਨ ਪੈ ਜਾਂਦੇ, ਉਸ ਟਾਈਮ ਬਣਾ ਦਿੰਦੇ ਤਾਂ ਜ਼ਿਆਦਾ ਬੈਟਰ ਸੀ। ਇੱਕ ਪੈਸੇ ਦੀ ਬਰਬਾਦੀ ਹੈ, ਸਾਡੇ ਜਿਹੜਾ ਮੋਰਲਟੀ ਹੈ ਨਾ ਉਹ ਨਹੀਂ ਕਹਿੰਦੀ ਵੀ ਅਸੀਂ ਇਸ ਢੰਗ ਨਾਲ ਕੰਮ ਕਰੀਏ। ਇਹ ਪਾਰਟ ਟਾਈਮ ਵਾਲੇ ਕੰਮ ਹੁੰਦੇ ਨੇ, ਇਹ ਦੇਸ਼ ਵਾਸਤੇ ਨੁਕਸਾਨਦਾਇਕ ਨੇ, ਇਹੋ ਜਿਹੀ ਸੋਚ ਨਹੀਂ ਹੋਣੀ ਚਾਹੀਦੀ। ਕੀ ਜਾਂਚ ਦੀ ਮੰਗ ਕਰਦੇ ਹੋ? ਜੋ ਡਿਪਾਰਟਮੈਂਟਲ ਜਾਂਚ ਦੀ ਕਰਾਈ ਜਾਵੇ ਅਤੇ ਅੱਗੇ ਤੋਂ ਇਹੋ ਜਿਹਾ ਨਾ ਦੁਹਰਾਇਆ ਜਾਵੇ, ਤਾਂ ਕਿ ਜਿਹਦੇ ਨਾਲ ਅੱਗੋਂ ਤੋਂ ਨੁਕਸਾਨ ਨਾ ਹੋਵੇ ਦੇਸ਼ ਦਾ, ਪੈਸੇ ਦਾ। ਮੇਰਾ ਨਾਮ ਸੁਨੀਲ ਮਦਾਨ ਹੈ ਜੀ। ਦੇਖੋ, ਇਹ ਜਿਹੜੀਆਂ ਰੋਡ ਬਣਦੀਆਂ ਮਿਊਂਸਪਲ ਕਮੇਟੀ ਬਣਾਉਂਦੀ ਹੈ ਸ਼ਹਿਰ ਦੇ ਵਿੱਚ, ਉਹ ਦੇਖ ਲੈਂਦੇ ਆ ਕੀ ਕਾਰਨ ਹੈ। ਕਈ ਵਾਰੀ ਕੋਈ ਪਾਣੀ ਦਾ ਨਿਕਾਸ ਨਹੀਂ ਹੁੰਦਾ ਜਾਂ ਕੋਈ ਕੁਆਲਿਟੀ ਆਫ ਜਿਹੜਾ ਮਟੀਰੀਅਲ ਹੈ ਉਹਦੇ 'ਚ ਕੋਈ ਨੁਕਸ ਹੈ, ਉਹ ਮੇਰੇ ਧਿਆਨ ਦੇ ਵਿੱਚ ਆਈ ਹੈ ਚੀਜ਼। ਅਸੀਂ ਇਨਵੈਸਟੀਗੇਟ ਕਰ ਲਾਂਗੇ, ਜੋ ਵੀ ਕਰੈਕਟ ਸਟੈਪ ਆ ਉਹਦੀ ਲੈ ਲਾਂਗੇ ਜੀ। ਵੇਖ ਲਓ, ਹਜੇ ਹਫ਼ਤਾ ਪਹਿਲਾਂ ਹੀ ਬਣਾਈ ਇਹਨਾਂ ਨੇ, ਅਤੇ ਇਹਨਾਂ ਦੇ ਹਾਲ ਵੇਖ ਲਓ, ਹਜੇ ਇੰਨੇ ਇੰਨੇ ਖੱਡੇ ਬਣ ਗਏ ਨੇ, ਅਤੇ ਅੱਗੇ ਜਾ ਕੇ ਹੋਏਗਾ ਕੀ ਇਹਨਾਂ ਦਾ? ਰੇਲਵੇ ਨੂੰ ਇੰਨੇ ਮਤਲਬ ਕਮਾਈ ਹੁੰਦੀ ਹੈ, ਅਤੇ ਮਟੀਰੀਅਲ ਮਿਲੀ ਭੁਗਤ ਕਰਕੇ ਕੀ ਮਟੀਰੀਅਲ ਲਾ ਰਹੇ ਨੇ? ਇਹ ਆਪ ਹੀ ਤੁਸੀਂ ਵੇਖ ਲਓ ਹਾਲ, ਹਜੇ ਹਫ਼ਤਾ ਨਹੀਂ ਹੋਇਆ ਇਹਨਾਂ ਨੂੰ ਬਣਾਈ ਨੂੰ, ਅਤੇ ਇੰਨੇ ਇੰਨੇ ਹੋਈ ਪਈ ਹੈ, ਅਤੇ ਕੀ ਅੱਗੇ ਕੱਢੇਗੀ? ਇਹ ਥੋੜ੍ਹੇ ਦਿਨਾਂ ਬਾਅਦ ਇਹ ਬਿਲਕੁਲ ਹੀ ਖਤਮ ਹੋ ਜਾਣੀ ਹੈ। ਉਹੀ ਇਹ ਘੱਟੋ ਘੱਟ ਜੀ, ਘੱਟੋ ਘੱਟ 5-6 ਸਾਲ ਬਾਅਦ ਇਹ ਰੋਡ ਬਣੀ ਸੀ। ਇਹ ਇਹਦਾ ਮਟੀਰੀਅਲ ਜ਼ਿਆਦਾ ਸਾਰਾ ਪੇਂਟ ਵੇਂਟ ਹੋਇਆ 5-6 ਸਾਲਾਂ ਬਾਅਦ ਹੋਇਆ ਸੀ, ਅਤੇ 5 ਸਾਲ ਤੋਂ 5 ਦਿਨ ਹੋਏ ਨੇ, 5-6 ਦਿਨ। ਅਤੇ ਹਾਲ ਵੇਖ ਲਓ, ਇੱਕ ਬਾਰਿਸ਼ 'ਚ ਕੀ ਮੰਗ ਕਰਦੇ ਹੋ, ਕੀ ਹੋਣਾ ਚਾਹੀਦਾ? ਮੰਗ ਪ੍ਰਸ਼ਾਸਨ ਨੂੰ ਇਹੀ ਹੈ ਕਿ ਤੁਸੀਂ ਮਟੀਰੀਅਲ ਤਾਂ ਵਧੀਆ ਲਾਓ, ਕਿ ਮਤਲਬ ਕਿ ਕੋਈ ਕਮਾਈ ਇੰਨੀ ਕਰਦੇ ਹੋ ਤਾਂ ਕੁਛ ਲਾਓ ਤਾਂ ਸਹੀ, ਕੁਛ ਚੱਲੇ ਤਾਂ ਸਹੀ ਕੁਛ ਟਾਈਮ ਤੱਕ। ਐਂ ਤਾਂ ਫਿਰ ਕੋਈ ਫਾਇਦਾ ਹੀ ਨਹੀਂ ਹੈਗਾ, ਫਿਰ ਤਾਂ ਰਹਿ ਨਹੀਂ ਦਿੰਦੇ, ਉਹੀ ਚੱਲੀ ਜਾਂਦਾ ਸੀ ਕੰਮ, ਹੈ ਨਾ ਜੀ? ਸਰ ਕਮਲ ਕਾਲੜਾ, ਇੰਚਾਰਜ ਹਾਂ ਮੈਂ ਯੂਥ ਕਾਂਗਰਸ ਅਬੋਹਰ ਤੋਂ ਜੀ, ਅਰਨੀਅਲ ਤੋਂ ਬਿਲੋਂਗ ਕਰਦੇ ਹਾਂ। ਸਰ, ਅਸੀਂ 10 ਕੁ ਦਿਨ ਪਹਿਲਾਂ ਇਸੇ ਰੋਡ ਤੋਂ ਗੁਜ਼ਰੇ ਸੀਗੇ, ਰੇਲਵੇ ਦੇ ਬਹੁਤ ਉੱਚ ਅਧਿਕਾਰੀ ਆਏ ਹੋਏ ਸੀ, ਉਹਨਾਂ ਦੇ ਸ਼ਾਇਦ ਆਉਣ 'ਤੇ ਕੋਈ ਖਾਨਾ ਪੂਰਤੀ ਵਾਲਾ ਕੰਮ ਆਪਾਂ ਦੇਖ ਰਹੇ ਹਾਂ ਕੀਤਾ ਪਿਆ, ਸੜਕ ਨੂੰ ਬਣਾਇਆ। ਅੱਜ 10 ਦਿਨ ਹੀ ਹੋਏ ਗਏ, ਦੁਬਾਰਾ ਆਉਣ ਦਾ ਮੌਕਾ ਮਿਲਿਆ, ਅਤੇ ਇੰਨਾ ਮਾੜਾ ਹਾਲਤ ਕਿ ਮੈਨੂੰ ਲੱਗਦਾ ਇਕੱਲੀ ਬਜਰੀ ਪਾ ਗਈ, ਜਿਵੇਂ ਕਹਿੰਦੇ ਉੱਤੇ ਉਹਦੇ ਲੁੱਕ ਦੇ ਵਿੱਚ ਹੈ ਹੀ ਨਹੀਂ ਇਹਦੇ, ਇੰਨੇ ਮਾੜੇ ਹਾਲਾਤ ਨੇ। ਇਹ ਆਪਾਂ ਹੁਣ ਆਪਾਂ ਰੇਲਵੇ ਵਾਲਿਆਂ ਦੀ ਮਾੜੀ ਕਾਰਗੁਜ਼ਾਰੀ ਗਿਣ ਲਈਏ, ਜਿਨ੍ਹਾਂ ਨੇ ਖਾਨਾ ਪੂਰਤੀ ਕਰਕੇ ਨਾਲ ਲੋਕਾਂ ਨੂੰ ਦੁਬਿਧਾ 'ਚ ਪਾਉਣ ਲਈ ਆਪਾਂ ਗੱਲ ਕਹਿ ਸਕਦੇ ਹਾਂ, ਬਹੁਤ ਮਾੜਾ ਕੰਮ ਕੀਤਾ ਪਿਆ ਜੀ ਇਹਦਾ। ਬਿਲਕੁਲ ਇਹਦੀ ਜਾਂਚ ਹੋਣੀ ਚਾਹੀਦੀ ਹੈ। ਜੋ ਰੇਲਵੇ ਦੇ ਉੱਚ ਅਧਿਕਾਰੀ ਉਸ ਟਾਈਮ ਆਏ ਸੀਗੇ, ਉਹਨਾਂ ਨੂੰ ਚਾਹੀਦਾ ਕਿ ਇਹਦੀ ਉੱਚ ਜਾਂਚ ਕਰਵਾਉਣ, ਤਾਂ ਕਿ ਲੋਕਾਂ ਦੀ ਇਹ ਜਦੋਂ ਟੋਏ ਪੈਂਦੇ ਨੇ ਇਸ ਦਾ ਨੁਕਸਾਨ ਵੀ ਹੋ ਸਕਦਾ, ਤਾਂ ਕਿ ਲੋਕਾਂ ਦੇ ਨੁਕਸਾਨ ਤੋਂ ਵੀ ਬਚਿਆ ਜਾ ਸਕੇ।